ਸ਼ਿਵਸੈਨਾ ਦੇ ਪ੍ਰਧਾਨ ਤੇ ਜਾਨਲੇਵਾ ਹਮਲੇ ਦੇ ਕਾਰਨ ਸ਼ਿਵਸੈਨਾ ਅਤੇ ਹੋਰ ਜਥੇਬੰਦੀਆਂ ਦੇ ਸਮਰਥਨ ਨਾਲ ਬਾਜ਼ਾਰ ਬੰਦ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਦੋ ਅਣਛਾਤੇ ਨੌਜਵਾਨਾਂ ਵੱਲੋਂ ਉਸ ਉੱਪਰ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸ਼ਿਵਸੈਨਾ ਦੇ ਪ੍ਰਧਾਨ ਹਨੀ ਮਹਾਜਨ ਦੇ 3 ਗੋਲੀਆਂ ਲੱਗੀਆਂ, ਜਿਸ ਨੂੰ ਇਲਾਜ ਵਾਸਤੇ ਅੰਮ੍ਰਿਤਸਰ ਲਿਜਾਇਆ ਗਿਆ ਹੈ, ਜਿਸ ਦੇ ਕਾਰਨ ਧਾਰੀਵਾਲ ਸ਼ਹਿਰ ਮੁਕੰਮਲ ਬੰਦ ਕੀਤਾ ਗਿਆ। ਰੋਹਿਤ ਮੈਗੀ ਨੇ ਦੱਸਿਆ ਕਿ ਅੱਜ ਸ਼ਿਵਸੈਨਾ ਦੇ ਨਾਲ ਪੂਰੇ ਪੰਜਾਬ ਤੋਂ ਜਥੇਬੰਦੀਆਂ ਆ ਰਹੀਆਂ ਹਨ, ਅਗਲੀ ਕਾਰਵਾਈ ਉਹਨਾਂ ਨਾਲ ਵਿਚਾਰ ਕਰਕੇ ਕੀਤੀ ਜਾਵੇਗੀ। ਹਿੰਦੁਸਤਾਨ ਤੋਂ ਜਿਹੜਾ ਸਾਡਾ ਨੇਤਾ ਹਨੀ ਮਹਾਜਨ, ਜਿਹਨੂੰ ਕਿ ਪੂਰੇ ਦੇਸ਼ ਦੇ ਅੰਦਰ ਉੱਤਰ ਭਾਰਤ ਸੂਬੇ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਹੈ, ਅਕਸਰ ਉਹ ਖਾਲਿਸਤਾਨ ਦੇ ਖਿਲਾਫ ਆਪਣੇ ਸਮਾਜ ਦੇ ਹੱਕ ਦੇ ਲਈ, ਹਿੰਦੂ ਸਮਾਜ ਦੇ ਹੱਕ ਦੇ ਲਈ ਪੰਜਾਬ ਦੀ ਅਕਸਰ ਬੈਠਕਾਂ ਕਰਦਾ, ਖਾਲਿਸਤਾਨ ਦੇ ਖਿਲਾਫ ਬੋਲਦਾ, ਰੈਫਰੈਂਡਮ 2020 ਦੇ ਖਿਲਾਫ ਬੋਲਦਾ। ਸਾਨੂੰ ਇੱਥੇ ਬੜੀ ਹੈਰਾਨੀਜਨਕ ਨਾਲ ਕਹਿਣਾ ਪੈ ਰਿਹਾ ਕਿ ਇਹ ਹਨੀ ਮਹਾਜਨ, ਜਿਹਦੇ ਨਾਲ ਪਿਛਲੀ ਸਰਕਾਰ ਦੇ ਅੰਦਰ ਇੱਕ ASI 5-5 ਗੰਨਮੈਨ ਜਿਹੜੇ ਕਿ ਧਾਰੀਵਾਲ ਸ਼ਹਿਰ ਦੇ ਲੋਕ ਦੇਖਦੇ ਨੇ ਉਹਦੇ ਨਾਲ ਹੁੰਦੇ ਸੀ, ਪਰ ਜਦੋਂ ਦੀ ਇਹ ਕਾਂਗਰਸ ਸਰਕਾਰ ਆਈ ਹੈ ਉਸ ਬੱਚੇ ਦੇ ਨਾਲ ਇੱਕ ਹੋਮਗਾਰਡ ਦਾ ਮੁਲਾਜ਼ਮ ਵੀ ਨਹੀਂ ਆ ਰਿਹਾ। ਜਦਕਿ ਅਸੀਂ ਵਾਰ ਵਾਰ ਪਾਰਟੀ ਵੱਲੋਂ, ਸਾਡੇ ਪ੍ਰਧਾਨ ਵੱਲੋਂ DGP ਦੇ ਟੇਬਲ ਦੇ ਅੰਦਰ ਵਾਰ ਵਾਰ ਅਸੀਂ ਕਿਹਾ ਕਿ ਹਨੀ ਨੂੰ ਖਤਰਾ ਹੈ, ਹਨੀ ਨੂੰ ਖਤਰਾ ਹੈ, ਲੇਕਿਨ AC ਵਾਲੇ ਕਮਰਿਆਂ ਵਿੱਚ ਬਹਿ ਕੇ ਉਹ ਕਹਿੰਦੇ ਕਿ ਹਨੀ ਕਲੀਨ ਚਿੱਟ ਹੈ, ਹਨੀ ਨੂੰ ਕੋਈ ਕੁਛ ਨਹੀਂ ਕਰ ਸਕਦਾ। ਲੇਕਿਨ ਇਹ ਜਿਹੜੀ ਕੱਲ੍ਹ ਘਟਨਾ ਹੋਈ ਹੈ, ਅਣਪਛਾਤੇ ਲੋਕ ਆਏ ਨੇ ਉਹਦੀ ਦੁਕਾਨ ਦੇ ਉੱਪਰ, ਉਹਨੂੰ ਗੋਲੀਆਂ ਚਲਾਈਆਂ, ਇੱਕ ਨੌਜਵਾਨ ਸਾਥੀ ਜਿਹੜਾ ਇੱਕ ਬੇਕਸੂਰ ਸਾਥੀ ਉਹਦੀ ਸਿਰ 'ਤੇ ਗੋਲੀ ਲੱਗੀ ਹੈ, ਬੜੀ ਮੰਦਗਣੀ ਘਟਨਾ ਹੈ। ਪੂਰਾ ਸ਼ਹਿਰ ਜਿਹੜਾ ਸਮਾਜ, ਧਾਰੀਵਾਲ ਦਾ ਸਮਾਜ, ਕਿਸੇ ਵੀ ਪਾਰਟੀ ਦੇ, ਚਾਹੇ ਉਹ ਕਾਂਗਰਸ ਦੇ ਆ, ਚਾਹੇ ਉਹ ਅਕਾਲੀ ਨੇ, ਚਾਹੇ BJP ਹੈ, ਇਹ ਧਾਰੀਵਾਲ ਦਾ ਇਤਿਹਾਸ ਆ। ਜਦ ਵੀ ਧਾਰੀਵਾਲ 'ਤੇ ਕੋਈ ਵਿਪਤਾ ਪਈ ਹੈ ਤਾਂ ਸਾਰਾ ਇੱਕ ਸਮਾਜ ਇੱਕ ਮੁੱਠੀ ਹੋ ਕੇ ਉਹਦੇ ਨਾਲ ਖੜਾ ਹੋਇਆ, ਅਤੇ ਅੱਜ ਵੀ ਸਾਨੂੰ ਉਹੀ ਦੇਖਣ ਨੂੰ ਮਿਲ ਰਿਹਾ ਕਿ ਪੂਰਾ ਸ਼ਹਿਰ ਜਿਹੜਾ ਸਮਰਥਨ ਦੇ ਅੰਦਰ, ਪੂਰੇ ਸ਼ਹਿਰ ਬੰਦ ਹੈ। ਇਹ ਦੇਖੋ ਤੁਸੀਂ ਕਿੱਡਾ ਵੱਡਾ ਹਜੂਮ ਉਹਨਾਂ ਦੇ ਸਮਰਥਨ ਵਿੱਚ ਉੱਧਰੋਂ ਆ ਰਿਹਾ, ਤੁਸੀਂ ਦੇਖ ਸਕਦੇ ਹੋ ਕਿ ਪੂਰਾ ਸ਼ਹਿਰ ਜਿਹੜਾ ਬੰਦ ਪਿਆ ਦਾ ਧਾਰੀਵਾਲ ਸ਼ਹਿਰ ਦਾ ਸਮਰਥਨ। ਹਾਲਤ ਬਹੁਤ ਗੰਭੀਰ ਹੈ, ਉਹਨਾਂ ਦੀਆਂ ਪੱਟਾਂ ਨੂੰ ਗੋਲੀਆਂ ਚੀਰਦੀਆਂ ਹੋਈਆਂ, ਦੋਨੇ ਪੱਟ ਉਹਨਾਂ ਦੇ ਕਰੈਕ ਹੋ ਗਏ ਨੇ। ਸਰਕਾਰ ਪੂਰੀ ਗੰਭੀਰ ਆ ਮਸਲੇ 'ਤੇ, ਅਫਸਰ ਅਤੇ ਜਿਹੜੇ ਕਮਿਸ਼ਨਰ ਨੇ ਉਹਨਾਂ ਦੀ ਮੌਜੂਦਗੀ ਵਿੱਚ ਸਾਰਾ ਕੰਮ ਹੋ ਰਿਹਾ। ਜੋ ਵੀ ਹੈ, ਰਾਤ ਪੂਰੇ ਛੋਣੀ ਵਿੱਚ ਉਹਨਾਂ ਨੇ ਐਕਸਪੋਰਟ ਹੋਸਪਿਟਲ ਉਹਨਾਂ ਨੇ ਬਦਲਿਆ ਹੋਇਆ ਸੀ। ਅਸੀਂ ਜਿਹੜੀ ਸਿਵਲ ਹਸਪਤਾਲ ਜਦੋਂ ਲੈ ਗਏ ਹੈ, ਉਹਨਾਂ ਨੇ ਹੱਥ ਖੜੇ ਕੀਤੇ ਕਿ ਸਾਡੇ ਹੱਥ ਤੋਂ ਬਾਹਰ ਆ। ਜਦੋਂ ਆਪਾਂ ਐਕਸਪੋਰਟ 'ਚ ਗਏ ਆ, ਐਕਸਪੋਰਟ 'ਚ ਉਹਦਾ ਇਲਾਜ ਕੀਤਾ, ਉੱਥੋਂ ਤੇ ਬਹੁਤ ਵਧੀਆ ਟ੍ਰੀਟਮੈਂਟ ਮਿਲ ਰਿਹਾ, ਲੇਕਿਨ ਹਜੇ ਖਤਰੇ ਦੇ ਵਿੱਚ ਹੈ। ਹੁਣ ਕੀ ਰਣਨੀਤੀ ਅੱਗੇ, ਕੀ ਰਣਨੀਤੀ? ਅਗਲੀ ਰਣਨੀਤੀ ਸਾਡੇ ਪਾਰਟੀ ਦੇ ਜਿੰਨੇ ਵੀ ਪੰਜਾਬ ਦੇ ਜਿੰਨੀਆਂ ਵੀ ਹਿੰਦੂ ਜਿਹੜੇ ਲੀਡਰ ਨੇ, ਜਿੱਦਾਂ ਪਵਨ ਗੁਪਤਾ ਜੀ ਆ, ਕਲੋਲੀ ਜੀ ਆ, ਕੋਈ ਵੀ ਨੇ, ਨਿਸ਼ਾਂਤ ਨੇ, ਉਹ ਸਾਰੇ ਆਪਣੇ ਕਾਫਲਿਆਂ ਨਾਲ ਆ ਰਹੇ ਨੇ। ਬਾਕੀ ਰਣਨੀਤੀ ਜਿਹੜੀ ਹੈ ਉਹ ਵੱਡੇ ਲੈਵਲ 'ਤੇ ਬਣੇਗੀ। ਆਵਾਜ਼ੇ ਕੌਮ TV ਲਈ ਧਾਰੀਵਾਲ ਤੋਂ ਰਣਜੀਤ ਸਿੰਘ ਦੀ ਰਿਪੋਰਟ।